ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਆਰਿਫ ਜੀ ਯਾਰ ਇੱਕ مشਵਰਾ ਹੈ ਤੈਂ ਤੇ ਅਸਾਂ ਤਾਂ مشਵਰਾ ਸੋਚਿਆ ਹੈ ਨਾ ਲੇਕਿਨ ਹੁਣ ਆਡੀਅנס ਦੇ ਨਾਲ ਸਾਡੀ ਜਿਹੜੀ ਫੈਮਿਲੀ ਹੈ ਫੈਮਿਲੀ ਦੇ ਨਾਲ ਹੀ ਤੇ ਸ਼ੇਅਰ ਕਰਨਾ ਹੈ مشਵਰਾ ਜ਼ਰੂਰੀ ਜ਼ਰੂਰੀ ਹੈ ਦਰਕਾਰ ਹੈ مشਵਰਾ ਹੈ ਅੱਛਾ مشਵਰਾ ਇਹ ਹੈ ਕਿ ਅਸਾਂ ਰੀਸਟੋਰ ਪੂਰੇ ਟਰੈਕਟਰ ਨੂੰ ਕਰੀਨੇ ਆ ਨਾ ਤੇ ਇਹਦੇ ਵਿੱਚ ਕਾਫੀ ਚੀਜ਼ਾਂ ਦੇ ਤਲੂਕਾਤ ਹੋਰ ਆਵਨਨ ਵਿੱਚ ਫਾਉਂਡਰੀ ਦਾ ਖਰਾਦ ਦਾ ਲਿਬਾਰਟਰੀ ਦਾ ਹੈ ਇਹ ਕੀ ਜਮ ਵਿੱਚ ਆਵਨੀ ਨੀ ਤੇ ਬਤ ਮਕਸਦ ਹੀ ਹੁਣ ਕਰਾਵਣੀ ਆ ਤਾਂ ਸੈਂ ਬਿਲਕੁਲ ਔਰ ਉਹ ਦਿੱਕਤ ਹੀ ਦੂਰੀ ਠੀਖੜਾ ਹੈ ਹਾਂ ਕਿ ਇੱਕ ਦਫਾ ਇਹ ਚੀਜ਼ ਬਣਵਾਏ ਨੇ ਅਗਰ ਥੋੜਾ ਜਿਹਾ ਇਤਰਾਜ਼ ਕਰਨ ਉਹ ਬੰਦਾ ਭੜਨ ਤੇ ਆਵੰਦਾ ਹੈ ਮਕਸਦ ਇੱਕ ਸਾਦੀ ਕਾਬਿਲ ਨਹੀਂ ਯਾਰ ਜਿਹੜੀ ਸਾਦੀ ਜ਼ਬਾਨ ਹੈ ਜਾਂ ਇੱਕ ਦਿਲ ਹੈ ਪਿਆਰ ਮੁਹੱਬਤ ਤੇ ਇਹ ਪਿਆਰ ਮੁਹੱਬਤ ਕੈਂ ਸੈਂਕੜਾ ਜੂ ਇੱਕ ਜਲਬ ਹੈ ਇਹ ਹੈ ਨਾ ਕਈ ਜਾਈ ਤੇ ਗਏ ਦੋ ਲੋਕ ਗੁੱਲਣਨ ਤੇ ਆਵੈਨ ਭੇਣ ਤੇ ਆਵੈਨ ਕੋਈ ਗਾਲ ਹੀ ਨਾ ਕਰ ਸਕਦੇ ਫੱਟੇ ਤੇ ਬੈਠਾ ਰਿਹਾ ਉਠੀ ਕੇ ਮਾਲ ਚਾਇਆ ਡਾਲ ਇਹ ਸ਼ਰਟਾਂ ਦੇ ਪਿੱਛਾ ਮਜ਼ਾ ਨਹੀਂ ਆਉਂਦਾ ਪਿਆ ਇੱਕ ਸਾਕੂ ਇਹ مشورہ ਤੁਸੀਂ ਦੇ ਸੋ ਕਿ ਅਸਾਂ ਡੀਜ਼ਲ ਲਿਬਾਰਟਰੀ ਪੰਪ ਵਾਲਾ ਸਿਸਟਮ ਮੁਕੰਮਲ ਘਿਨੂ ਆਏ ਤੇ ਆਰਫ ਤੇ ਅਸਾਂ ਤੇ ਇਹ ਸੋਚੀਏ ਕਿ ਜੇ ਟਰੈਕਟਰ ਇਹ ਸਾਡੇ ਕੋਲ ਆਵੇ ਨਾ ਤੇ ਇਨਸ਼ਾਅੱਲਾ ਇਹਦਾ ਮਾਲ ਕਿਰਾਈ ਵੰਨੇ ਨਹੀਂ ਸਾਰੀ ਗੱਲ ਤੇ हां अच्छा सारे कुल बिल्डिंग द वसाइल सब तू मेन चीज हुंदी है कि कमरा बिल्डिंग सारे कुल माशाल्लाह 3 टू 35 फुट दी बिल्डिंग है 3 फुट ਤੇ 35 फुट ਦੀ ਮਕਸਦ ਇਹ ਚੌੜਾਈ ਹੈ ਕਾਫੀ ਵੱਡੀ ਬਿਲਡਿੰਗ ਹੈ 15 ਲੱਖ ਦੇ ਖਰਚੇ ਵਾਲੀ ਬਿਲਡਿੰਗ ਹੈ ਮਾਸ਼ਾਅੱਲਾ ਬਿਹਤਰੀਨ ਆਪਣੀ ਹੈ ਕੋਈ ਕਿਰਾਇਆ ਖਰਚੇ ਹੀ ਨਹੀਂ ਅੱਛਾ ਇਹਦੇ ਵਿੱਚ ਅਗਰ ਅਸਾਂ ਲਿਬਾਰਟਰੀ ਲਾऊं ਖਰਾਦ ਹੀ ਲਾऊं ਇਹ ਗੱਡੀਆਂ ਦਾ ਰੀਸਟੋਰੀ ਕਰੂੰ ਤਾਂ ਵਾਹ ਹਾਂ ਸਾਰਾ ਹੋ ਸਕਦਾ ਹੈ ਪਾਈ ਤੋਂ 6 ਗੱਡੀਆਂ ਹੀ ਆ ਸਕਦੀਆਂ ਨੇ ਵਿੱਚ ਮਸ਼ੀਨਾਂ ਹੀ ਆ ਸਕਦੀਆਂ ਅੱਛਾ ਇਹ ਇਵੇਂ ਹੋ ਗਿਆ ਹੁਣ ਸਾਡਾ مشورہ ہے ਬੇਸੰਗ ਇਹਨੂੰ ਲਿਬਾਰਟਰੀ ਪੰਪ ਖੁਦ ਕਰੋ ਪਰ ਫੀਅਰ ਦਾ ਵੀ ਰੂਸੀ ਜਾਵੀ ਸਾਰੇ ਕੋਲ ਫੀਅਰ ਦੀ ਪੰਪ ਪੰਪ ਦੀ ਨਬਾਹੂ ਦਿੱਕਤ ਹੈ ਅੱਛਾ ਲੋਕਾਂ ਨੂੰ ਵਾਜ਼ੇ ਨਹੀਂ ਪਤਾ ਪੰਪ ਕਿ ਸ਼ੇ ਕੀੜੀ ਹੈ ਅੱਜ ਨਹੀਂ ਤਾਂ ਕਹਿ ਨਹੀਂ ਦੱਸਾਂ ਮੈਂ ਵੀਡੀਓ ਜ ਬੜਾ ਸਰਚ ਕੀਤਾ ਹੈ ਪੰਪ ਉਤੇ ਨਹੀਂ ਕੋਈ ਵੀਡੀਓ ਆਈ ਕਿ ਖਰਚਾ ਕਿਤਨਾ ਹੈ ਅੰਦਰੂਨੀ ਦੇ ਪਾਰਟਸ ਕੀ ਹਨ ਫੰਕਸ਼ਨ ਕੀ ਕਰੀਂਦਾ ਪੇ ਡੀਜ਼ਲ ਕੰਮ ਜਾਂ ਜ਼ਿਆਦਾ ਕਿਸ ਚੀਜ਼ ਉਤੇ ਮਕਸਦ ਇੱਕ ਜ਼ਿਆਦਾ ਡਿਪੈਂਡ ਕਰੀਂਦਾ ਹੈ ਤੇ ਇਹ ਚੀਜ਼ਾਂ ਇੱਕ ਨਿੱਕੇ ਨਿੱਕੇ ਪੁਰਜ਼ੇਨ ਛੋਟਾ ਜਿਹਾ ਪੰਪੇ ਕੋਈ 20000 ਗਿੰਦਾ ਪੇ ਕੋਈ 8000 ਗਿੰਦਾ ਪੇ ਇਵੇਂ ਹੀ ਰੂਸੀ ਦਾ ਪੰਪ ਹੀਕ ਦਫਾ ਕਰਾਏ ਨਹੀਂ ਬੈਠਾ ਸਾਈਟ ਧੂਆ ਹੀ ਹਾਈ ਲੀਕੇਜੀ ਆਈ ਵਾਤ ਗਿਨ ਗਏ ਧੂਆ ਹੁਣ ਖਤਮ ਹੋ ਗਿਆ ਲੀਕੇਜੀ ਖਤਮ ਹੋ ਗਈ ਆਈ ਦੂਦਫਾ ਖੁਲੈ ਨਾ ਹੱਕ ਨਾ ਆਈ ਕਿ ਹੀਕ ਦਫਾ ਇਹ ਚੀਜ਼ ਖੁੱਲੇ ਰੂਦੋ ਪੱਤਾ ਲੱਗੇ ਹੁਣ ਮਕਸਦ ਇਹ ਕਿ ਤੈਂ ਪਲੰਜਰ ਪਾਇਨ ਨਵੇਂ ਪਾਇਨ ਪੰਪੂ ਮੇਰੀ ਦੇ ਹੁਣ ਇਹ ਨਹੀਂ ਸਮਝ ਆਈ ਪਲੰਜਰ ਹੀ ਨਵੇਂ ਪਾਇ ਗਏ ਉਹ ਨੁਕਸ ਪਿੱਛਾ ਕਿਸ ਚੀਜ਼ ਵਿੱਚ ਬਕਾਇਆ ਖੜਾ ਹੈ ਅੱਛਾ ਇੱਕ ਰੂਟਰ ਹੀ ਇਹ ਉਹਦਾ ਰੂਟਰ ਨਵਾਂ ਪਾਇ ਗਏ ਪਾਲਿਸ਼ ਕਰਕੇ ਪਾਏ ਪੰਪੂ ਥਾਈਂ ਦਾ ਉਠਾਈਂ ਡੀਜ਼ਲ ਉਹ ਖਾਂਦਾ ਖੜਾ ਹੈ ਗੱਡੀ ਦੇ ਵਿੱਚ ਕੋਈ ਸਾਊਂਡ ਵਿੱਚ ਫਰਕ ਨਹੀਂ ਆਇਆ ਉਸ ਪਾਲਿਸ਼ ਕਰਵਾਉਣ ਦਾ ਕੀ ਫਾਇਦਾ ਚੱਲਦਾ ਦਪਹਿਲੀ ਪਈ ਇਹ ਚੀਜ਼ਾਂ ਦੇ ਅਸਾਂ ਨੁਕਸ ਇਨਸ਼ਾਅੱਲਾ ਕੱਢ ਕੇ ਤੁਹਾਨੂੰ ਦਿਖਾਵਣੇ ਇਹ ਚੀਜ਼ ਰੇ ਸਾਹਮਣੀ ਹੈ ਕਿ ਇਹਦੇ ਵਿੱਚ ਕਿਤਨੇ ਪਾਰਟਸ ਕਿਤਨੇ ਪੁਰਜ਼ੇ ਨੇ ਔਰ ਉਹ ਪੁਰਜ਼ੇ ਕਿਸ ਤਰ੍ਹਾਂ ਮਕਸਦ ਮਿਲਦੇ ਨੇ ਰੇਟ ਕੀ ਹੈ ਡੈਲਫੀ ਦਾ ਟੈਕਨੋਪਾਰ ਦਾ ਹਰ ਕਿਸਮ ਦਾ ਅਚਾ ਉਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਇੰਪੋਰਟਡ ਹੀ ਹਨ ਤੇ ਮਹਿੰਗੀ ਵਾਲੀਆਂ ਹਨ ਤਾਂ ਵਾਕਈ ਉਹਨਾਂ ਵਿੱਚ ਕੋਈ ਚੀਜ਼ ਅੱਛੀ ਇਹ ਤਾਂ ਮੈਂ ਇਹ ਤਾਂ ਮਹਿੰਗੀਆਂ ਤੇ ਇਹ ਸਭ ਕੋ مشਵਰਾ ਦੇ ਸੋ ਕਿ ਕੀ ਆਸਾਂ ਲੈਬਾਰਟਰੀ ਬਣਾਉਂ ਤੇ ਅਗਲਾ ਕੰਮ ਇਨਸ਼ਾਅੱਲਾ ਸਾਡਾ ਚਲਸੀ ਜਾਂ ਕਰ ਗਿਨ ਸੋ ਨਾ ਕਰ ਗਿਨ ਸੋ ਇਹ ਤਾਂ ਸਾਨੂੰ ਇਨਸ਼ਾਅੱਲਾ ਯਕੀਨ ਹੈ ਕਿ ਅਸਾਂ ਹੁਣ ਇਤਨਾ ਇੱਕ 4 ਲੱਖ ਦੀ ਲੈਬਾਰਟਰੀ ਗਿਨੂ ਨਾ ਤਰਾਏ ਦੀ ਗਿਨੂ ਬਿਲ ਫਰਜ਼ ਦੂਦੀ ਗਿਨੂ ਇਤਨੇ ਇੱਕ ਲੱਖਾਂ ਦਾ ਖਰਚਾ ਕਰੂੰ ਤੇ ਕੱਲ ਸਾਰੇ ਕੁਲ ਬਣ ਨ ਸਕੇ ਤਾਂ ਸਾਂ ਸੋਚੀ ਪਏ ਕਿ ਮਾਸ਼ਾਅੱਲਾ ਇਤਨਾ ਰੀਸਟੋਰ ਕਰਕੇ ਦੇਣਾ ਪੰਪ ਨੂੰ ਕਾਫੀ ਜਾਣਦੇ ਹੀ ਆਏ ਹਾਂ ਹਾਂ ਔਰ ਪੰਪ ਵਿੱਚ ਇਤਨਾ ਵੱਡਾ ਮਾਲ ਹੀ ਨਹੀਂ ਨਹੀਂ ਇਵੇਂ ਹੈ ਨਾ ਅੱਛਾ ਜਿਹੜਾ ਪੰਪ ਵਾਲਾ ਮਿਸਤਰੀ ਹੈ ਨਾ ਇੰਨ ਨੂੰ ਨਹੀਂ ਜਾਣਦਾ ਬਿਲਕੁਲ ਅਗਰ ਉਹਦੇ ਕੋਲ ਪੰਪ ਸਹੀ ਨਹੀਂ ਥੀਆ ਨਾ ਤਾਂ ਕੋ ਜੋ ਇੰਨ ਦੇ ਵਲੇ ਸੀ ਕਿ ਮਸਲਾ ਇੰਨ ਜਾਣਦਾ ਪਏ ਅੱਛਾ ਇੰਜਣ ਵਾਲੇ ਕੋਲ ਨੇ ਸੋਨਾ ਤਾਂ ਉਹ ਐਡਵਾਂਸ ਰਿਟਾਇਰ ਹੀ ਨਹੀਂ ਕਰ ਸਕਦਾ ਪੰਪ ਦਾ ਕੰਮ ਉਹ ਨਹੀਂ ਜਾਣਦਾ ਤੇ ਲਿਬਾਰਟਰੀ ਹੋਵੇ ਨਾ ਤਾਂ ਨਾਲ ਕੁਝ ਅਰਸੇ ਬਾਅਦ ਖਰਾਬ ਦੀ ਜ਼ਰੂਰੀ ਹੁਣ ਸਾਕੂ ਇਨਸ਼ਾਅੱਲਾ ਇਹ مشورہ ਦੇ ਸੋ ਦੁਆ ਹੀ ਦੇ ਸੋ ਦਿਲੋਂ ਤੇ ਅਸਾਂ ਕੰਮ ਨੂੰ ਵਸੀਹ ਕਰਨਾ ਚਾਹਨੇ ਆ ਦੂਜਾ ਇਹ ਸੋਚੀਏ ਕਿ ਆਰ ਐਫ ਹੀ ਹੈ ਮੈਂ ਵੀ ਹਾਂ ਫਿਲਹਾਲ ਤਾਂ ਅਸਾਂ ਇਸ ਕੰਮ ਦੇ ਉਤੇ ਮੈਂ ਗੁਜ਼ਾਰਾ ਕਰ ਗਏ ਲੇਕਿਨ ਸਾਰੇ ਕੋਲ ਪੂਰੀ ਟੀਮ ਹੋਣੀ ਚਾਹੀਦੀ

ਤੇ ਪੂਰਾ ਬਾਕੀ ਕਿਤੇ ਖੜੇ ਆ ਨਾ ਪੰਪ ਦਾ ਕਰੀਨੇ ਆ ਭਾਈਆਂ ਨੂੰ ਬਹੁਤ ਦਿੱਕਤ ਹੈ ਪੈਸੇ ਦੀ ਗੱਡੀ ਜ਼ੋਰ ਨਹੀਂ ਲੈਂਦੀ ਡੀਜ਼ਲ ਖਾਂਦੀ ਏ ਕਰੈਂਕਾਂ ਤੁੜੀਂਦੀ ਏ ਬਹੁਤ ਸਾਰੇ ਮਸਲੇ ਕਰੀਂਦੀ ਪਈ ਤੇ ਉਹ ਮਸਲੇ ਇਨਸ਼ਾ ਅੱਲਾ ਹੱਲ ਕਰਕੇ ਮੇਨ ਚੀਜ਼ ਯੂ ਨਾ ਕੋ ਦਸਣੀ ਸਾਡਾ ਤਜਰਬਾ ਹੀ ਥੀ ਵੈਸੀ ਲੋਕਾਂ ਦਾ ਫਾਇਦਾ ਹੀ ਥੀ ਵੈਸੀ ਸਾਰੇ ਕੁਲ ਬਹੁਤ ਦੂਰ ਦੂਰ ਤਾਈਂ ਪੰਪ ਕਰਾਉਣ ਲੋਕ ਵੈਨਨ ਕਈ ਬੰਦੇ ਮੇਰੇ ਨਾਲ مشورہ ਕਰੀਂਦੇ ਨੇ ਯਾਰ ਅਸਾਂ ਪੰਪ ਖੋਲ ਕੇ ਤੇਰੇ ਕੁਲ ਵੀ ਦੀਆਂ ਨੇ ਤੂੰ ਕਰ ਦੇ ਜਾਂ ਕਹੇ ਤੂੰ ਕਰਾ ਦੇ ਲੇਕਿਨ ਅਸਾਂ ਖੁਦ ਪਰੇਸ਼ਾਨ ਦੀ ਵੇ ਨੇ ਬੇ ਅਸਾਂ ਆਪਣੇ ਪੰਪ ਹੀ ਨਾ ਕਰਵਾ ਸਕਦੇ ਦੂ ਦੂ ਦਫਾ ਖੁਲਵਾਉਣੇ ਪਏ ਇੱਕ ਬੰਦੇ ਕੋ مشਵਰਾ ਦੇਉ ਤੂੰ ਸਰਗੋਦੇ ਚੋ ਦਰਿਆ ਖਾਨ ਆਵਾਂ ਬੱਕਰ ਆਵਾਂ ਇੱਥੇ ਕੰਮ ਸਹੀ ਨਹੀਂ ਥੀਂਦਾ ਰਾਸ ਨਹੀਂ ਬੰਦਾ ਉਹ ਬੰਦਾ ਕੀ ਆਖੇ ਬੰਦੇ ਕੋ ਆਗਾਹ ਕਰ ਤੇਰੇ ਮਕਸਦ ਪੰਪ ਦੀ ਬਾਡੀ ਕੱਟੀ ਹੋਈ ਰੂਟਰ ਦੇਸੀ ਇਹ ਚੀਜ਼ ਨਹੀਂ ਚੱਲਣ ਵਾਲੀ ਸੀਲ ਇਹ ਉਹਨਾਂ ਕਦੋਂ ਹੀ ਚੈੱਕ ਨਹੀਂ ਕੀਤੀ ਵੀ ਜਿਹੜੀ ਰੇਸ ਵਾਲੀ ਕਿੱਲੀ ਵਾਲੀ ਸੀਲ ਹੈ ਨਾ ਤੁਹਾਡੇ ਕੋਲ ਦੀ ਪੰਪ ਖੁੱਲਦਾ ਪਏ ਪੰਪ ਦਾ ਸ਼ੋਭਾ ਹੀ ਤੁਹਾਡੇ ਉਹਦੇ ਪੂਰੇ ਜੈਨ ਪਾਉ ਉਹਦੀਆਂ ਸੀਲਾਂ ਪਾਓ ਤਾਂ ਕਿ ਕੱਲ ਦਿੱਕਤ ਨਾ ਆਵੇ ਨਾ ਹੁਣ ਸੰਬਖਰੀ ਚੂਚਾ ਕੇ ਸਰਗੋਦੇ ਚੂਚਾ ਕੇ ਇੱਥੇ ਗਿਨਉ ਗਾਲੂ ਹੋਵੇ ਕੀ ਫਾਇਦਾ ਸਾਰ ਇਤਨੇ ਪੈਸੇ ਲਾਉਣ ਦਾ ਤੇ ਜਿਹੜਾ ਬੰਦਾ ਖੁਦ ਡਰਾਈਵਰ ਹੈ ਨਾ ਵੱਤ ਮਿਸਤਰੀ ਵੀ ਹੈ ਇਹ ਰੀਸਟੋਰ ਦਾ ਦੇ ਨਾਲ ਡੀਜ਼ਲ ਪੰਪ ਦਾ ਤੇ ਜਿਸ ਟਾਈਮ ਪੂਰੀ ਪੂਰੀ ਗੱਡੀ ਦਾ ਮਾਸ਼ੱਲਾ ਸੈਂ ਖੁਦ ਕਰਕੇ ਦਾ ਨਾ ਵੱਤ ਸਾਕੂ ਅੱਗਾ ਦੀ ਦਿੱਕਤ ਹੀ ਖਤਮ ਕੋਣਾਂ ਤੇ ਕੋਈ ਗੱਡੀ ਆਵੇ ਉਸ ਨੂੰ ਇੱਥੇ ਹੀ ਖੁਦ ਪੂਰਾ ਕੰਪਲੀਟ ਬਣਾਓ ਉਹਦਾ ਮਜ਼ਾ ਬਹੁਤ ਜ਼ਿਆਦਾ ਆਉਣਾ ਹੈ ਚਲੋ ਪੰਪ ਪੰਪ ਵਾਲਾ ਕੰਮ ਕਰੇ ਸੋ ਨਾ ਕਰੇ ਇਹ ਕੰਮ ਘਟ ਗਿਆ ਨਾ ਆਇਆ ਯਾ ਮਕਸਦੇ ਬਹੁਤ ਮਹਿੰਗਾ ਹੋ ਗਿਆ ਤਾਂ ਆਟੋਮੈਟਿਕ ਨਹੀਂ ਵੀ ਆਉਣਾ ਤਾਂ ਵਤ ਪੰਪ ਵਾਲੇ ਸ਼ੁਰੂ ਰੱਖਦੇ ਸਾਂ ਪੰਪ ਵਾਲਾ ਕਰਾਂ ਇਹਵੇਂ ਹੈ ਨਾ ਕਿਉਂਕਿ ਹਰ ਗੱਡੀ ਦਾ ਪੰਪ ਮਜਬੂਰਨ ਥੀਵਣਾ ਜੇਲੇ ਕਮਜ਼ੋਰ ਥੀਵਣਾ ਤਾਂ ਪੰਪ ਆਉਣਾ ਤੇ ਪੰਪ ਦੇ ਵਿੱਚ ਦਿੱਕਤ ਹੀ ਬਹੁਤ ਜ਼ਿਆਦਾ ਹੈ ਦੂਰ ਦੂਰ ਤਾਈ ਵਣਿਓ ਇੱਕ ਦਫਾ ਖਲਵਾਓ ਵਾਦ ਖਲਵਾਓ ਡੀਜ਼ਲ ਜ਼ਿਆਦਾ ਸਾਊਂਡ ਨਹੀਂ ਬਹੁਤ سارے ਮਸਲੇ ਤੇ ਜਿਹੜਾ ਬੰਦਾ ਦੋਹੇ ਹੀ ਚੀਜ਼ਾਂ ਕੁ ਜਾਣ ਗਿੰਦਾ ਨਾ ਉਹਦੇ ਵਾਸਤੇ ਉਹ ਤੁਸਨ ਜਾਣ ਪਹਿਚਾਨ ਬੜੀ ਥੀ ਸੀ ਇੰਜਾਂ ਦੀ ਬਈਆਂ ਕਿਆ ਮਸਲਾ ਈ ਪੰਪ ਵੀ ਹੁਣ ਪੰਪ ਦੇ ਵਿੱਚ ਗਰਮੀ ਦਾ ਬਹੁਤ ਬੜਾ ਪ੍ਰੋਬਲਮ ਈ ਵੀ ਪੰਪ ਤੇ ਕਈ ਪੰਪਾਂ ਲਈ ਆਈ ਨਹੀਂ ਦਈ ਨਹੀਂ ਆਖਬ ਪੰਪ ਦੀ ਵਜ੍ਹਾ ਤੋਂ ਗੱਡੀ ਗਰਮੀ ਕਰ ਸਕਦੀ ਇੰਜੇ ਹਨ ਸਾਰੇ ਇੰਜਨ ਦੇ ਸਟੇਸ਼ਨ ਰੇਡੀਏਟਰ ਤੋਂ ਸ਼ੁਰੂ થી ਸਨ ਐਂਡ ਤੱਕ ਲਗੇ ਵੈਸਨ ਐਂਡ ਤੇ ਜਲੇ ਵੈਸਨ ਨਾ ਤੇ ਕੰਮ ਨਾ ਚੱਲਦੀ ਵਤ ਕੀ ਕਰੇ ਸਨ ਪੂਰਾ ਇੰਜਨ ਦਿੱਤਾ ਕਬਾੜੀ ਬੀ ਇੰਜਨ ਚ ਆਇਆ ਤੇ ਸਾਡੇ ਦਾ ਬਸ ਕਿ ਉਸ ਇੰਜਨ ਚੋਂ ਫਾਲਡ ਆ ਗਿਆ ਏ ਤੋ ਉਹ ਫਾਲਡ ਇੱਕ ਛੋਟੀ ਜੀ ਚੀਜ਼ ਹੁੰਦੀ ਹੈ ਇਵੇਂ ਤੋ ਪੁਰਾਣੇ ਮਾਡਲ ਦਾ ਪੰਪ ਐਮਟੀਜ਼ਡ 50 ਪੁਰਾਣੇ ਦਾ ਮਕਸਦ ਸਾਈਡ ਆਇ ਲਾਲਾ ਉਹਦੀ ਕੀਮਤ ਹੁਣ ਕਬਾੜੀ ਕਿਤਨੀ ਹੈ ਤਰਾਇਦਾ ਤਰਾਇਦਾ ਤਰਾਇ ਤੂੰ 4000 ਕਬਾੜ ਦੇ ਵਿੱਚੋਂ ਰੱਖ ਦੇ ਬਿਲਕੁਲ ਤੇ 95 ਦਾ 102 ਪੰਪ ਤੋਂ ਕੋ 20000 ਤੋਂ 50 ਦਾ 18 ਦਾ 30 ਦਾ 35 ਦਾ ਇਤਨੇ ਤੱਕ ਤੋਂ ਕੋ ਇਤਨੀ ਰੇਂਜ ਜੋ ਪੰਪ ਮਿਲ ਸੀ ਇਹਨੇ ਨਾ ਠੀਕ ਬੰਦਾ ਪੁਰਾਣਾ ਪੰਪ ਘੀਨਾਂ ਦਾ ਤੇ ਉਹ ਥੋੜੇ ਜਿਹਾ ਦੇਖੋ ਕਿ ਲਾਗੇ ਰੇ ਨਹੀਂ ਬਣਾਉਂਦਾ ਨਾ ਚਾਹ ਕਿ ਉਸਨੂੰ ਉਹਦੇ ਰੋਡ ਤੇ ਮਾਰ ਬੰਦਨ ਸਾਫ ਦੱਸ ਕਿ ਤਦਾ ਪੰਪ ਨਹੀਂ ਚਲਾਣਾ ਤੂੰ ਇਹ 60 ਕਬਾੜੀ ਚੋਂ ਤੂੰ ਚਾਹ 95 ਦਾ ਉਹ ਬਣਵਾ ਉਹਦੇ ਮਦੇ ਚਾਹ ਇਵੇਂ ਹੈ ਨਾ ਸਾਫ਼ ਵਾਜ਼ੇ ਦੱਸੋ ਆਪਣੀ ਮਜ਼ਦੂਰੀ ਦੇ ਬਾਰੇ ਨਾ ਸੋਚੋ ਉਸਨੂੰ ਦੱਸ ਦਿਓ ਕਿ ਇਹ ਚੀਜ਼ ਚੱਲਣ ਵਾਲੀ ਨਹੀਂ ਹੁਣ ਇੱਕ ਬੰਦੇ ਮੈਨ ਨਾਲ مشورہ ਕੀਤਾ ਉਸਾਕੀ ਯਾਰ ਮੇਰੇ ਜਿਹੜਾ ਨਾ ਪੰਪ ਉਹ ਡੀਜ਼ਲ ਮੋਬਾਈਲ ਦੇ ਵਿੱਚ ਛਟਿੰਦਾ ਫੜੇ ਤੇ ਮੈਂ ਕਿ ਤੂੰ ਇਸ ਪੰਪ ਨੂੰ ਹੀ ਚੇਂਜ ਕਰ ਉਸ ਬੰਦੇ ਨਹੀਂ ਮੰਨਾ ਪੰਪ ਤੇ ਖਰਚੇ ਕਰੇਂਦਾ 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 32000 ਰੁਪਏ ਲਾ ਚੁੱਕਾ ਐ ਐਂਡ ਤੱਕ ਪੰਪ ਨਹੀਂ ਬਣਾ ਵਤਗੇ ਉਹ 35000 ਰੁਪਏ ਦਾ ਜੈਨੂਨ ਪੰਪ 95 ਦਾ ਅਣਖੁੱਲ ਉਹ ਗੀਨ ਕੇ ਆਏ ਤੇ ਗੱਡੀ ਕੋ ਲਾਏ ਸਾਡੇ ਹੁਣ ਮਜ਼ਾ ਆਏ। ਤੂੰ ਕੀ ਫਾਇਦਾ ਯਾਣਾ? ਵਾਜ਼ੇ ਕਹਿ ਨਹੀਂ ਦੱਸ ਬੇ ਪੰਪ ਤੇ ਨੀ ਬਣਾਉਂਦਾ। ਬਿਲਕੁਲ। ਤੇ ਫੀਅਰ ਤੇ ਰੂਸੀ ਦੇ ਪੰਪ ਵਿੱਚ ਫਰਕ ਕਿ ਬਹੁਤ ਸਾਰਾ। ਰੂਸੀ ਦੇ ਪੰਪ ਦੀ ਬਾਡੀ ਕੱਟ ਵਈ ਤੇ ਇੰਨਾਂ ਦੀ ਡੀਜ਼ਲ ਸੱਠੀ ਨਹੀਂ ਆਏ। ਉਹ ਮਸਲਾ ਕਦਾਂ ਖਤਮ ਥੀ ਨਹੀਂ ਸਕਦਾ। ਬਾਡੀ ਪੂਰੀ ਖਤਮ ਹੁੰਦੀ ਏ। ਤੇ ਉਸੇ ਬਾਡੀ ਨਾਲ ਝਗੜਦੇ ਰਾਸੋ ਤੇ ਇੰਨਾਂ ਨਹੀਂ ਲਗਾਵੇ ਸੀ। ਪੰਪ ਹੀ ਖਤਮ ਮਜ਼ਦੂਰੀਆਂ ਹੀ ਉੱਤੇ ਆਸਣ। ਠੀਕ ਹੈ ਜੀ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ। ਕਮੈਂਟ ਕਰਨਾ ਹੈ ਜ਼ਰੂਰ ਇਨਸ਼ਾਅੱਲਾ ਆਪਣੀ ਰਾਏ ਦੇਵਣੀ ਹੈ ਕਿਇਹ ਸਭ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਠੀਕ ਹੈ ਜੀ ਖੁਦਾ ਹਫਜ਼